ਸਾਡੇ ਨਾਲ ਕਨੈਕਟ ਹੋ ਵਰਸਿਸ ਤੋਂ ਨਿਰਮਲ ਚਾਵਲਾ ਜੀ ਅ ਸਰ ਸਭ ਤੋਂ ਪਹਿਲਾਂ ਇਹੀ ਸਵਾਲ ਹੈ ਵੀ ਆਸਟ੍ਰੇਲੀਆ ਦੇ ਨਾਂ ਤੋਂ ਅੱਜ ਕੱਲ ਸਟੂਡੈਂਟ ਤਾਂ ਡਰਦੇ ਡਰਦਾ ਕੰਸਲਟੈਂਟ ਵੀ ਡਰਨ ਲੱਗ ਗਿਆ ਵੀ ਆਸਟ੍ਰੇਲੀਆ ਦੀ ਗੱਲ ਹੀ ਕਰਨੀ ਅ ਅ ਕੀ ਕਹਿੰਦੇ ਭਲਵਿੰਦਰ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਸਿਸਟਮਸ ਇੰਪਰੂਵ ਹੋ ਗਿਆ ਥੋੜਾ ਜਿਹਾ ਡਾਕੂਮੈਂਟੇਸ਼ਨ ਇੰਪਰੋਵਾਈਜ਼ ਹੋ ਗਈ ਹੈ ਜੀਟੀ ਸਿਸਟਮਸ ਇਨ ਪਲੇਸ ਆ ਚੁੱਕੇ ਹਨ ਦੁਬਾਰਾ ਐਂਡ ਤੁਸੀਂ ਨਵੇਂ ਸਿਸਟਮ ਦੇ ਸਾਹਮਣੇ ਅਕਰ ਚਲੋ ਜੀਟੀ ਮਿਲ ਰਿਹਾ ਵੀਜ਼ਾ ਗ੍ਰਾਂਟ ਹੋ ਰਿਹਾ ਸੋ ਬੱਚਿਆਂ ਜਾਂ ਉਹਨਾਂ ਦੇ ਪੇਰੈਂਟਸ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ ਜੇ ਸਮਝਣ ਤੋਂ ਬਾਅਦ ਜੇ ਤੁਸੀਂ ਪ੍ਰੋਪਰ ਡਾਕੂਮੈਂਟੇਸ਼ਨ ਬਣਾ ਲੈਂਦੇ ਹੋ ਔਰ ਜੈਨੂਇਨ ਡਾਕੂਮੈਂਟੇਸ਼ਨ ਮੈਂ ਫਿਰ ਦੁਹਰਾ ਰਿਹਾ ਜੈਨੂਇਨ ਡਾਕੂਮੈਂਟੇਸ਼ਨ ਜੈਨੂਇਨ ਡਾਕੂਮੈਂਟੇਸ਼ਨ ਮੇਰਾ ਮਤਲਬ ਹੈਗਾ ਆਪਣੇ ਬੈਂਕ ਬੈਲੈਂਸ ਆਪਣਾ ਜਾਂ ਆਪਣੀ ਪ੍ਰਾਪਰਟੀ ਤੇ ਐਜੂਕੇਸ਼ਨ ਲੋਨ ਤੁਸੀਂ ਜੇ ਤੁਹਾਡੇ ਕੋਲ ਸ਼ਹਿਰੀ ਪ੍ਰਾਪਰਟੀ ਹੈ ਤੁਸੀਂ ਜੇ ਐਜੂਕੇਸ਼ਨ ਲੋਨ ਲੈ ਲੈਂਦੇ ਹੋ ਤੁਹਾਡੇ ਬੱਚੇ ਦਾ ਵੀਜ਼ਾ ਗ੍ਰਾਂਟ ਆ ਸਕਦਾ ਹੈਗਾ सब तो ज़्यादा जी मुश्किल आ रही है जोड़े पेरेंट्स नहीं रलाइज़ कर रहे वो इनकम टैक्स रिटर्ना नहीं भर रहे hmm. इनकम टैक्स रिटर्न भरो थोड़ी तो एग्रीकल्चर इनकम है लगातार भरो तो, उनो, तो उनो कोई नहीं रोके अपने बच्चे बाहर भेजन को इनकम टैक्स रिटर्न प्रॉपर बनाओ जो तुम कोई बुटीक चला रहे हो या कोई पर्टिकुलर बिजनेस के मदर है या रेंटल इनकम है वो प्रॉपर प्रूफ ऐड करो ਫੋਰ ਐਗਜ਼ਾਮਪਲ ਜੇ ਜੇ ਕਿਸੇ ਦੀ ਮਦਰ ਬੁਟੀ ਕੇ ਸਟਿਚਿੰਗ ਦਾ ਕੰਮ ਕਰ ਰਹੇ ਤਾਂ ਜਿੱਥੇ ਉਹ ਕਰ ਰਹੇ ਉਹਦਾ ਰੈਂਟ ਰਿਕਰਮੈਂਟ ਮਿਲ ਜਾਂਦਾ ਹੈਗਾ ਤੁਸੀਂ ਆਪਣੇ ਬੈਂਕ ਅਕਾਊਂਟਸ ਖੋਲੋ ਕਰੰਟ ਅਕਾਊਂਟ ਖੋਲੋ ਕੋਈ ਪ੍ਰੂਫ ਨਾਲ ਐਡ ਕਰੋ ਤੇ ਵੀਜ਼ਾਸ ਆਰਾਮ ਨਾਲ ਆ ਰਹੇ ਸਿਰਫ ਹੈ ਕਿ ਕਿ 80% ਪੀਪਲ ਜਿਹੜੇ ਕੋ ਡਾਕੂਮੈਂਟੇਸ਼ਨ ਨੂੰ ਬਾਈਪਾਸ ਕਰਦੇ ਉਹ ਕਹਿੰਦੇ ਜੀ ਆਪਣੇ ਬੇਟੇ ਦੇ ਐਕਾਡੈਮਿਕ ਦੇਤੇ ਏਜੰਟ ਨੂੰ ਉਹ ਏਜੰਟ ਤੋਂ ਆਪਣੇ ਆਪ ਕੰਮ ਕਰ ਤੇਰੀ ਰਿਸਪੋਨਸੀਬਿਲਟੀ ਨੋ ਏਜੰਸੀ ਆਪਣੀ ਏਜੰਟ ਦੀ ਰਿਸਪੋਨਸੀਬਿਲਟੀ ਐਡਮਿਸ਼ਨ ਦੀ ਹੈ ਪੈਰੈਂਟ ਦੀ ਰਿਸਪੋਨਸੀਬਿਲਟੀ ਹੈ ਕਿ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ ਪ੍ਰੋਪਰ ਜੈਨੂਇਨ ਤਰੀਕੇ ਦੇਣ ਨਾਲ ਜੇ ਤੁਹਾਡੇ ਬੱਚੇ ਦੇ ਅੱਛੇ ਪਰਸੈਂਟੇਜ ਆਜਨ ਅਕੈਡਮਿਕ 80% ਹੈ 7 ਬੈਂਡ ਹੈ اور ਪੈਰੈਂਟਸ এডਿਕੇਸ਼ਨ ਲੋਨ ਪ੍ਰਕਿਊਰ ਕਰਕੇ ਦੇ ਦਿੰਦੇ ਆ ਸਿਰਫ ਦਿੱਕਤ ਹੈ ਪੈਰੈਂਟਸ ਕਹਿੰਦੇ ਸੀ ਬੈਂਕ ਜਾਵਾਂਗੇ ਸਾਡੇ 15 ਦਿਨ ਖਰਾਬ ਹੋਣਗੇ ਸਾਨੂੰ ਪ੍ਰੋਪਰਟੀ ਦੇ ਪੇਪਰ ਇਕੱਠੇ ਕਰਨੇ ਪੈਣੇ ਆ ਬੈਂਕਾਂ ਨੂੰ ਦੇਣ ਪੈਣੇ ਆ ਉਹਨਾਂ ਦੇ ਪਿੱਛੇ ਪਾੜਨਾ ਪੈਣਾ ਇਟਸ ਵੈਰੀ ਈਜ਼ੀ ਤੁਸੀਂ ਮੇਰੇ ਕੋਲ ਆਓ ਵੀ ਡੀਲ ਵਿਦ ICICI ਬੈਂਕ ਵੀ ਡੀਲ 1 অর 2 ਮੋਰ ਬੈਂਕਸ ਮੈਂ ਤੁਸੀਂ ਤੁਹਾਨੂੰ ਗਾਈਡ ਕਰਕੇ ਮਿਲਾ ਦਾਂਗੇ ਡਾਕੂਮੈਂਟੇਸ਼ਨ ਹੋਰ ਦੋ ਐਜੂਕੇਸ਼ਨ ਲੋਨ ਕਰਾਓ ਆਪਣੇ ਬੱਚੇ ਦਾ ਸੁਪਨਾ ਪੂਰਾ ਕਰੋ ਹੂੰ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਵਾਉਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਤੁਹਾਡਾ ਬੈਂਕ ਲੋਨ ਹੋ ਸਕਦਾ ਤੁਹਾਡੇ ਫੰਡ ਜਿਹੜੇ ਨੇ ਜੈਨੂਇਨ ਨੇ ਇਨਕਮ ਸੋਰਸ ਤੁਹਾਡੇ ਕੋ ਪਿਛਲੇ 2 ਤੋਂ 4 ਸਾਲ ਦਾ ਹੈਗਾ ਪਿਛਲੇ 4 ਸਾਲਾਂ ਤੋਂ ਤੁਸੀਂ ਰਿਟਰਨਾਂ ਭਰ ਰਹੇ ਹੋ ਇਹ ਨਹੀਂ ਆ ਵੀ ਹੁਣੇ ਆਸਟ੍ਰੇਲੀਆ ਜਾਣਾ ਹੁਣੇ ਬੱਚੇ ਨੇ ਪਲੱਸ 2 ਕੀਤੀ ਹੈ ਹੁਣੇ ਆਈਲਟਸ ਕੀਤੀ ਹੈ ਹੁਣੇ ਪੀਟੀ ਕੀਤੀ ਹੈ ਹੁਣੇ ਤੁਸੀਂ ਕਿਸੇ ਨੂੰ ਕਹਿ ਦਿਓ ਭਾਈ 4 ਸਾਲ ਦੀਆਂ ਇਕੱਠੀਆਂ ਰਿਟਰਨਾਂ ਭਰਦੇ ਇਸ ਤੋਂ ਬਚੋ ਪਹਿਲਾਂ ਤੋਂ ਤਿਆਰੀ ਰੱਖੋ ਜਿਵੇਂ ਸਰ ਨੇ ਦੱਸਿਆ ਸਰ ਜਿਵੇਂ ਲੋਨ ਹੈ ਕਿੰਨੇ ਤੱਕ ਦਾ ਲੋਨ ਹੋ ਜਾਂਦਾ ਫਿਰ ਤਾਂ ਪੇਰੈਂਟਸ ਨੂੰ ਫਾਇਦਾ ਵੀ ਹੈਗਾ ਵੀ ਉਹਨਾਂ ਦੇ ਕੋਲੋਂ ਪੈਸੇ ਘੱਟ ਲੱਗਣਗੇ ਬਾਅਦ ਚ ਬੱਚਾ ਹੀ ਵਾਪਸ ਕਰ ਸਕਦਾ ਉਹਨੂੰ ਡੈਫੀਨਿਟਲੀ ਜੀ ਜਿਹੜਾ ਲੋਨ ਹੈ ਬੱਚੇ ਦੀ ਰਿਸਪੌਂਸਿਬਿਲਟੀਾਂ ਦੇ ਕੋਰਸ ਖਤਮ ਕਰਨ ਤੋਂ ਬਾਅਦ ਪੇਬੈਕ ਕਰਨਾ ਹਮ ਐਂਡ ਐਜੂਕੇਸ਼ਨ ਲੋਨ ਅਪ ਟੂ 40 ਲੱਖ ਰੁਪੀਸ इजीली ਮਿਲ ਜਾਂਦਾ ਬਟ ਉਸ ਲਈ ਕਲੈਟਰਲ ਸਕਿਉਰਿਟੀ ਚਾਹੀਦੀ ਹੈ ਤੁਹਾਡੇ ਕੋਲ ਕਲੈਟਰਲ ਸਕਿਉਰਿਟੀ ਹੋਣੀ ਚਾਹੀਦੀ ਹੈ ਕਈ ਐਂਡ देयर आर ਵੈਰੀਅਸ ਅਦਰ ਵੇਜ਼ ਟੂ ਸ਼ੋ ਫੰਡਸ ਕਈਆਂ ਕੋਲ ਮਿਊਚੁਅਲ ਫੰਡਸ ਪਏ ਆ ਤੋਂ ਇਨ ਕੈਸ਼ ਕਰਾ ਕੇ ਬੈਂਕਾਂ ਚ ਅਕਾਊਂਟ ਚ ਪਾ ਲਓ ਕਈਆਂ ਕੋਲ ਪ੍ਰੋਵਿਡੈਂਟ ਫੰਡ ਹੁੰਦਾ ਉਹ ਵਿਡਰਾ ਕਰਕੇ ਆਪਣਾ ਬੱਚਾ ਭੇਜ ਲਓ ਸੋ ਸਿਸਟਮ ਜਾ ਦੇ ਯਾਰ ਸਭ ਤੋਂ ਵੱਡੀ ਦਿੱਕਤ ਹੈ ਦੈਟ ਈਵਨ ਪੇਰੈਂਟਸ ਕਹਿੰਦਾ ਵਾ ਸਿਸਟਮ ਨੂੰ ਫੋਲੋ ਨਹੀਂ ਕਰਨਾ ਚਾ ਰਹੇ ਉਹਨੂੰ ਬਾਈਪਾਸ ਕਰਦੇ ਆ ਔਰ ਦੂਜੀ ਗੱਲ ਹੈ ਜੇ ਤੁਸੀਂ ਰਿਟਰਨਾਂ ਨਹੀਂ ਭਰੀਆਂ ਅੱਜ ਦੀ ਡੇਟੇ ਤੁਹਾਡੇ ਬੱਚੇ ਨੇ ਆਇਲਸ ਕਰ ਲਿਆ ਜਾਂ ਪੀਟੀ ਕਰ ਲਿਆ ਐਂਡ ਤੁਸੀਂ ਰਿਟਰਨਾਂ ਅਜ ਤੱਕ ਨਹੀਂ ਭਰੀਆਂ ਮੈਂ ਤੁਹਾਨੂੰ ਇੱਕੋ ਸਿਰਫ ਐਡਵਾਈਸ ਕਰਾਂਗਾ ਆਸਟ੍ਰੇਲੀਆ ਦਾ ਵੇਟ ਨਾ ਕਰੋ ट्राई फॉर सम अदर कंट्री रिटर्न पढ़ के न्यूजीलैंड ट्राई कर लो बच्चे सिक्सटीन पी टी है उन्होंने कैनेडा भेज दो यूके भेज दो अब अज की डेटें यू एस ए काफ़ी ग्रोथ पर जा रहा है और यू एस ए काफ़ी वीज़ा देन लगा लग सो बच्चे यू एस भी जा सकते हैं तुम ऑस्ट्रेलिया अपलाई करो जे फैशियल डॉक्यूमेंटेशन मीट कर दौ जे फैशियल डॉक्यूमेंट मीट कर दी टी पास करना बड़ा ईजी है और वीज़ा लैना भी ईजी है ਹਾਂ ਬਿਲਕੁਲ ਜਿਹਾ ਆਪਾਂ ਕਹੀਏ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਮੁਸ਼ਕਲ ਨਹੀਂ ਹੈਗਾ ਪਰ ਉਹਦੇ ਲਈ ਤੁਹਾਨੂੰ ਤੁਸੀਂ ਜੈਨੂਨ ਹੋਣਾ ਜ਼ਰੂਰੀ ਹੋ ਤੁਹਾਡੇ ਕੋਲ ਫੰਡਸ ਜੈਨੂਨ ਹੋਣੇ ਜ਼ਰੂਰੀ ਨੇ ਬੱਚੇ ਦੇ ਨੰਬਰ ਵਧੀਆ ਹੋਣੇ ਚਾਹੀਦੇ ਆ ਪੀਟੀ ਆਇਲਟਸ ਦੇ ਵਿੱਚ ਸਕੋਰ ਅੱਛਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਆਸਟ੍ਰੇਲੀਆ ਵੀਜ਼ਾ ਅਪਲਾਈ ਕਰ ਸਕਦੇ ਹੋ ਸਰ ਕਿਹੜਾ ਇਨਟੇਕ ਆਸਟ੍ਰੇਲੀਆ ਦੇ ਲਈ ਇਸ ਟਾਈਮ ਅਵੇਲੇਬਲ ਹੈਗਾ ਆ ਪਲਵਿੰਦਰ ਅਸੀਂ ਹੁਣ ਫੈਬਰੂਰੀ ਇਨਟੇਕ ਲਈ ਵੀਜ਼ਾਸ ਕਰ ਰਹੇ ਹਾਂ ਫੈਬਰੂਰੀ ਇਨਟੇਕ ਲਈ ਅਪਲਾਈ ਕਰ ਰਹੇ ਹਾਂ ਐਂਡ ਜਿਹੜੇ ਬੱਚੇ ਹਾਲੇ ਤੱਕ 100 ਖਾ ਕੇ ਕਰਟਨ ਯੂਨੀਵਰਸਿਟੀ ਹਾਲੇ ਵੀ ਫੈਡਰੇਸ਼ਨ ਯੂਨੀਵਰਸਿਟੀ ਵੀ ਆਫਰਸ ਦੇ ਰਿਹਾ ਹੈਗਾ ਉਹ ਸਾਨੂੰ ਅਪਰੋਚ ਕਰਨ ਬਟ ਯੈਸ ਸਾਨੂੰ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ ਪ੍ਰੋਪਰ ਚਾਹੀਦੀ ਹੈ ਐਂਡ ਆਦਿ ਡੇਟਾ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ ਨੂੰ ਬਾਈਪਾਸ ਨਹੀਂ ਕਰ ਸਕਦੇ ਸੋ ਇਸੇ ਕਰਕੇ ਜੇ ਤੁਸੀਂ ਮਾਰਕੀਟ ਕਿਸੇ ਏਜੰਸੀ ਕੋਲ ਜਾਓ ਤੇ ਉਹ ਕੋਈ ਠੇਕਾ ਕਰ ਲੈ ਜਾਂ ਪੈਕੇਜ ਕਰ ਲੋ ਮਨਾ ਕਰ ਰਹੇ ਹੋ ਕਹਿੰਦਾ ਦੂਜੀ ਕੰਟਰੀ ਚਲੇ ਜਾਓ ਸੋ ਐਂਡ ਮੈਂ ਵੀ ਐਡਵਾਈਸ ਆਈ ਕਰ ਰਿਹਾ ਜੇ ਤੁਸੀਂ ਫਾਈਨੈਂਸ਼ੀਅਲ ਕ੍ਰਾਈਟੇਰੀਆ ਨਹੀਂ ਮੀਟ ਕਰ ਰਹੇ ਤੁਸੀਂ ਆਪਣਾ ਟਾਈਮ ਨਾ ਵੇਸਟ ਕਰੋ ਆਸਟ੍ਰੇਲੀਆ ਲਈ ਆਪਣਾ ਟਾਈਮ ਬਹੁਤ ਪ੍ਰੀਸ਼ੀਅਸ ਹੈ ਇਨਾ ਜੋ ਵੀ ਟਾਈਮ ਆ ਤੁਸੀਂ 12ਵੀਂ ਪਾਸ ਕੀ ਜਿੰਨੀ ਜਲਦੀ ਕਿਸੇ ਕੰਟਰੀ ਦੂਜੀ ਕੰਟਰੀ ਜਾ ਕੇ ਆਪਣੀ ਕੁਆਲਿਫੀਕੇਸ਼ਨ ਕਰੋ ਆਪਣੇ ਸਕਿੱਲਸ ਲਓ ਔਰ ਆਪਣੇ ਪਰਮਨੈਂਟ ਰੈਜ਼ੀਡੈਂਸੀ ਦਾ ਪਾਥਵੇ ਤੇ ਤੁਰ ਪੋ ਹਾਂ ਬਿਲਕੁਲ ਜੇ ਆਸਟ੍ਰੇਲੀਆ ਜਾਣਾ ਤਾਂ ਤੁਸੀਂ ਫਰਵਰੀ ਇਨਟੇਕ ਅਵੇਲੇਬਲ ਹੈਗਾ ਤੁਹਾਡੇ ਕੋਲ ਡਾਕੂਮੈਂਟ ਸਹੀ ਹੈਗੇ ਆ ਫੰਡਸ ਹੈਗੇ ਆ ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਸਟੱਡੀ ਵੀਜ਼ਾ ਆਪਣਾ ਲੈ ਸਕਦੇ ਹੋ ਸਰ ਜਿਹੜੇ ਆਸਟ੍ਰੇਲੀਆ ਦੇ ਲਈ ਪੰਜਾਬ ਰਹਿਣਾ ਸਟੂਡੈਂਟ ਨੂੰ ਆਫਰ ਲੈਟਰਸ ਐਡਮਿਸ਼ਨਸ ਮਿਲ ਰਹੇ ਆ ਜਾਂ ਨਹੀਂ ਸਰ ਪਲਵਿੰਦਰ ਆਫਰ ਲੈਟਰਸ ਆਨੇ ਸ਼ੁਰੂ ਹੋ ਗਏ ਹਰ ਯੂਨੀਵਰਸਿਟੀ ਆਫਰ ਲੈਟਰਸ ਦੇ ਰਹੀ ਹੈਗੀ सिर्फ जी टी वास्ते मैं तुम्हें समझाता ऑफलैटो सै जी ऑफलैट तो बाद जो सैकेंड स्टैप जी टी है वो तुम्हें थोड़ी प्रॉपर है पास होगी तो वीज़ा ग्रांट से स्टेज पर पहुँच दौ यस डॉक्यूमेंटेन ईवन ऑस्ट्रेलियन हाई कमिशन अभी डेटे चैक कर रहा है वो असैस कर दिया कि पेरेंट्स फाइनैशली इन स्ट्रोंग हैं कि नहीं है कि कहेंदे सपोर्ट अपने बच्चों और तीन साल द कोर्स वास्ते सो फॉर एग्जाम्पल पेरेंट्स की इनकम 10 ਤੋਂ 11 ਲੱਖ ਰੁਪਏ ਹੋਣੀ ਚਾਹੀਦੀ ਹੈ 12 ਲੱਖ ਵੀ ਹੋਏ ਦੋਨੋਂ ਮਿਲਾ ਕੇ ਪਰ ਟੈਕਨੀਕਲੀ ਬੰਦੀ ਨਹੀਂ ਕਿਉਂਕਿ ਪੈਰੈਂਟਸ ਟੈਕਸ ਪਰ ਕੇ ਰਾਜ਼ੀ ਨਹੀਂ ਹੈ ਉਹ 490 499 ਦੀ ਰਿਟਰਨਾ ਪਰਦੇ ਸੋ ਤੁ ਤੁਹਾਡੀ ਜਿਹੜੀ ਫੈਮਿਲੀ ਇਨਕਮ ਹੈ 10 ਤੋਂ 12 ਲੱਖ ਦੇ ਵਿੱਚ ਡੈਫੀਨਿਟਲੀ ਚਾਹੀਦੀ ਚਾਹੀਦੀ ਹੈ ਜੇ ਤੁਸੀਂ ਟਾਪ ਯੂਨੀਵਰਸਿਟੀ ਜੀਏਟੀ ਯੂਨੀਵਰਸਿਟੀਆਂ ਕਰਦੇ ਹੋ ਤੇ 15 ਲੱਖ ਦੇ ਕਰੀਫ ਐਨਵਲ ਇਨਕਮ ਚਾਹੀਦੀ ਹੈ ਸੋ ਮੈਂ ਤੁਹਾਨੂੰ ਬਾਰ ਬਾਰ ਉਹੀ ਗੱਲ ਕਰ ਰਿਹਾ ਕਿ ਆਪਣੀ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ ਪ੍ਰੋਪਰ ਜੈਨੂਨ ਬਣਾਓ ਤੋਂ ਆਸਟ੍ਰੇਲੀਆ ਮਨਾਨੀ ਕਰ ਰਿਹਾ ਆਸਟ੍ਰੇਲੀਆ ਵੀਜ਼ਾਸ ਦੇ ਰਿਹਾ ਅ ਬਿਲਕੁਲ ਜੇ ਤੁਹਾਡਾ ਵੀ ਕੋਈ ਸਵਾਲ ਹੈ ਆਸਟ੍ਰੇਲੀਆ ਸਟੱਡੀ ਵੀਜ਼ਨ ਨੂੰ ਲੈ ਕੇ ਤਾਂ ਤੁਸੀਂ ਸਕਰੀਨ ਦੇ ਉੱਤੇ ਜਿਹੜਾ ਨੰਬਰ ਆ ਰਿਹਾ ਹੈ ਉਸ ਦੇ ਉੱਤੇ ਕਾਲ ਕਰ ਸਕਦੇ ਹੋ ਸਾਨੂੰ ਮਿਲਣਾ ਚਾਹੁੰਦੇ ਹੋ ਸੈਕਟਰ 17 ਚੰਡੀਗੜ੍ਹ ਦੇ ਵਿੱਚ ਜਾ ਕੇ ਮਿਲ ਸਕਦੇ ਹੋ ਕਾਫੀ ਲੰਬਾ ਐਕਸਪੀਰੀਅੰਸ ਹੈਗਾ ਇਸੇ ਕਰਕੇ ਵਾਰ-ਵਾਰ ਅਸੀਂ ਇਹਨਾਂ ਤੋਂ ਅਲੱਗ-ਅਲੱਗ ਕੰਟਰੀਜ਼ ਬਾਰੇ رائے ਲੈਣੇ ਆ ਸਟੂਡੈਂਟ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਕਿਵੇਂ ਸਹੀ ਤਰੀਕੇ ਦੇ ਨਾਲ ਮੁੰਦੇਹ ਜਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਵੀ ਜੀ ਸਤਿ ਸ਼੍ਰੀ ਅਕਾਲ ਜੀ ਸ